ਗੁਰੂ ਪਿਆਰੀ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਅਸੀਂ ਉਹ 10 ਗੱਲਾਂ ਬਾਰੇ ਜਾਣਾਂਗੇ ਜਿਹੜੀਆਂ ਸਾਨੂੰ ਕਦੇ ਵੀ ਕਿਸੇ ਨੂੰ ਦੱਸਣੀਆਂ ਨਹੀਂ ਚਾਹੀਦੀਆਂ, ਚਾਹੇ ਸਾਡਾ ਰਿਸ਼ਤੇਦਾਰ ਵੀ ਹੋਵੇ, ਚਾਹੇ ਸਾਡਾ ਮਿੱਤਰ ਵੀ ਹੋਵੇ। ਹੁਣ ਭੁੱਲ ਕੇ ਵੀ ਇਹ 10 ਗੱਲਾਂ ਨਾ ਦੱਸੋ ਤਾਂ ਆਓ ਆਪਾਂ ਜਾਣਦੇ ਹਾਂ ਉਹਨਾਂ 10 ਗੱਲਾਂ ਦੇ ਬਾਰੇ। ਸਭ ਤੋਂ ਪਹਿਲਾਂ ਜ਼ਿੰਦਗੀ ਦੇ ਵਿੱਚ ਤੁਹਾਡਾ ਟੀਚਾ ਕੀ ਆ, ਸੁਪਨਾ ਕੀ ਆ, ਕਦੇ ਵੀ ਕਿਸੇ ਨੂੰ ਨਾ ਦੱਸੋ। ਕਈ ਵਾਰ ਜਦੋਂ ਅਸੀਂ ਕਿਸੇ ਨੂੰ ਆਪਣਾ ਟੀਚਾ, ਆਪਣਾ ਸੁਪਨਾ ਦੱਸ ਦਿੰਦੇ ਹਾਂ, ਉਦੋਂ ਕੀ ਹੁੰਦਾ ਕਿ ਦੇਖੋ ਉਹ ਚੀਜ਼ ਅੱਧੀ ਰਹਿ ਜਾਂਦੀ ਆ। ਕਈ ਵਾਰ ਸਾਹਮਣੇ ਵਾਲਾ ਬੰਦਾ, ਉਹਦੇ ਦਿਲ ਵਿੱਚ ਇਵੇਂ ਹੁੰਦਾ ਵੀ ਇਹ ਬੰਦਾ ਤਰੱਕੀ ਨਾ ਕਰੇ, ਕਿਉਂਕਿ ਸਤਿਗੁਰ ਦੀ ਬਾਣੀ ਕਹਿੰਦੀ ਹੈ ਵੀ ਤਾਤ ਪਰਾਈ ਬੰਦੇ ਦੇ ਅੰਦਰ ਹੁੰਦੀ ਆ, ਕਿ ਇਹ ਬੰਦੇ ਦੇ ਸਿਰ 'ਤੇ ਪੱਗ ਰਵੇ ਚਾਹੇ ਨਾ, ਮੇਰੇ ਸਿਰ 'ਤੇ ਤਾਜ ਸਜਣਾ ਚਾਹੀਦਾ, ਮੇਰੀ ਇੱਜ਼ਤ ਵਧੇ ਚਾਹੇ ਨਾ, ਇਹਦੀ ਬੇਇੱਜ਼ਤੀ ਹੋਣੀ ਚਾਹੀਦੀ ਆ। ਕਈ ਬੰਦਿਆਂ ਦੀ ਭਾਵਨਾ ਬਹੁਤਿਆਂ ਦੀ ਇੱਦਾਂ ਅੱਜ ਕੱਲ੍ਹ। ਇਸ ਕਰਕੇ ਤੁਹਾਡਾ ਸੁਪਨਾ ਕੀ ਆ, ਜ਼ਿੰਦਗੀ ਦਾ ਟੀਚਾ ਕੀ ਆ, ਮੰਜ਼ਿਲ ਕੀ ਆ, ਇਹ ਕਦੇ ਵੀ ਕਿਸੇ ਨੂੰ ਦੱਸਣੀ ਨਹੀਂ ਚੀਜ਼। ਤੁਸੀਂ ਕਹੋਗੇ ਇਹ ਕਿਉਂ ਆ? ਗੁਰੂ ਪਿਆਰਿਓ, ਬਾਣੀ ਦੇ ਵਿੱਚ ਇੱਕ ਪੰਗਤੀ ਆ, ਜਿਨ ਹਰ ਪਾਇਓ ਤਿਨੈ ਛਪਾਇਓ। ਸਤਿਗੁਰੂ ਮਹਾਰਾਜ ਜੀ ਬਚਨ ਕਰਦੇ ਆ, ਜਿਨ੍ਹਾਂ ਨੇ ਪਰਮਾਤਮਾ ਨੂੰ ਪਾਇਆ, ਭਗਤ ਨਾਮਦੇਵ ਜੀ ਕਹਿੰਦੇ ਉਹਨਾਂ ਨੇ ਆਪਣੇ ਆਪ ਨੂੰ ਛੁਪੋਇਆ, ਲੁਕੋਇਆ ਹੈ, ਉਹਨਾਂ ਨੇ ਆਪਣੇ ਆਪ ਨੂੰ ਲੁਕਾ ਕੇ ਰੱਖਿਆ, ਉਹ ਗੱਲ ਦਾ ਰੌਲਾ ਨਹੀਂ ਪਾਇਆ। ਇਸ ਕਰਕੇ ਚਾਲੇ ਇੱਥੇ ਹਰ ਮਿਲਣ ਕੋ ਬੀਚੇ ਅਟਕੇ ਉਚੀਤ, ਇਹ ਨਾ ਹੋਵੇ ਕਿ ਤੁਸੀਂ ਪਹਿਲਾਂ ਹੀ ਕਿਸੇ ਨੂੰ ਰੌਲਾ ਪਾਉਣ ਲੱਗ ਜਾਓ, ਆਹ ਕੰਮ ਮੈਂ ਕਰਨਾ, ਆਹ ਕੰਮ ਕਰਨਾ, ਫਿਰ ਉਹ ਨਾ ਮਨੋਵਿਗਿਆਨੀ ਵੀ ਕਹਿੰਦੇ ਆ ਇਹ ਕੰਮ ਜਿਹੜਾ ਰੁਕ ਜਾਂਦਾ, ਫਿਰ ਇਹ ਬੰਦਾ ਅੱਗੇ ਨਹੀਂ ਵੱਧਦਾ ਇਹਦੇ ਵਿੱਚ। ਤਾਂ ਪਹਿਲੀ ਚੀਜ਼ ਚੇਤੇ ਰੱਖਣੀ ਆ, ਕਦੇ ਵੀ ਕਿਸੇ ਨੂੰ ਆਪਣੀ ਜ਼ਿੰਦਗੀ ਦਾ ਟੀਚਾ ਅਤੇ ਜਿਹੜਾ ਸੁਪਨਾ ਹੈ ਇਹ ਭੁੱਲ ਕੇ ਵੀ ਨਹੀਂ ਦੱਸਣਾ। ਗੁਰੂ ਪਿਆਰਿਓ, ਦੂਜੀ ਗੱਲ ਜਿਹੜੀ ਆ, ਪਰੇਸ਼ਾਨੀਆਂ। ਕਿਹਦੀ ਜ਼ਿੰਦਗੀ 'ਚ ਨਹੀਂ ਪਰੇਸ਼ਾਨੀਆਂ? ਕਿਸੇ ਨੂੰ ਸਰੀਰ ਕਰਕੇ ਰੋਗ ਆ, ਕੋਈ ਮਨ ਕਰਕੇ ਸੋਗੀ ਆ, ਕੋਈ ਤਨ ਕਰਕੇ ਰੋਗੀ ਆ, ਕਿਸੇ ਦਾ ਚਿੱਤ ਨਹੀਂ ਲੱਗਦਾ, ਉਦਾਸ ਆ, ਇੱਕ ਇੱਕ ਦੁੱਖ ਸਾਰਿਆਂ ਦੇ ਕੋਲ ਹੀ ਆ, ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੱਤ ਉਦਾਸ, ਏਕ ਏਕ ਦੁੱਖ ਸਭੀ ਕੋ ਸੁਖੀ ਸੰਤ ਕਾ ਦਾਸ। ਅੱਜ ਦੀ ਜ਼ਿੰਦਗੀ ਵਿੱਚ ਕਿਹਨੂੰ ਨਹੀਂ ਦੁੱਖ? ਪਰੇਸ਼ਾਨੀਆਂ ਜਿਹੜੀਆਂ ਹੁੰਦੀਆਂ ਹਰ ਬੰਦੇ ਨੂੰ ਹੁੰਦੀਆਂ। ਸਿਆਣੇ ਬੰਦੇ ਦੁੱਖਾਂ ਨੂੰ ਚੁੱਪ ਕਰਕੇ ਸਹਿੰਦੇ ਆ। ਜਿਹੜਾ ਸਿਆਣਾ ਬੰਦਾ ਹੋਊਗਾ ਨਾ, ਉਹ ਦੁੱਖ ਨੂੰ ਚੁੱਪ ਕਰਕੇ ਸਹੂਗਾ। ਇਸ ਕਰਕੇ ਤੁਸੀਂ ਇਹ ਚੀਜ਼ ਕਦੇ ਵੀ ਨਹੀਂ ਕਰਨੀ ਕਿ ਘਰੇ ਕੋਈ ਚੀਜ਼ ਹੋਈ ਆ, ਪਰੇਸ਼ਾਨੀ ਆ ਤੁਹਾਨੂੰ, ਤੁਸੀਂ ਸਾਰਿਆਂ ਨੂੰ ਦੱਸਦੇ ਫਿਰੋ। ਤੁਹਾਡੇ ਗੋਡੇ ਦੁਖਦੇ ਆ, ਤੁਹਾਡੇ ਮੋਢੇ ਦੁਖਦੇ ਆ, ਤੁਹਾਡੀ ਲੱਤ 'ਚ ਦਰਦ ਆ, ਤੁਹਾਡੀ ਇਸ ਤਰ੍ਹਾਂ ਅਤੇ ਇਸ ਢੂਈ 'ਚ ਪੇਨ ਆ, ਤੁਹਾਡੇ ਦਰਦ ਆ, ਤੁਸੀਂ ਕਿਸੇ ਨੂੰ ਦੱਸੀ ਜਾਂਦੇ ਹੋ, ਇਹਦੇ ਨਾਲ ਉਹਨੂੰ ਕੀ ਮਤਲਬ? ਬਹੁਤ ਥੋੜ੍ਹੇ ਲੋਕ ਹੁੰਦੇ ਆ ਉਂਗਲਾਂ 'ਤੇ ਗਿਣੇ ਜਾਣ ਵਾਲੇ ਜਿਨ੍ਹਾਂ ਨੂੰ ਸਾਡੇ ਦਰਦ ਨਾਲ ਮਤਲਬ ਹੁੰਦਾ। ਉਹ ਸਾਡੇ ਮਾਤਾ ਜੀ ਹੁੰਦੇ ਆ, ਸਾਡੇ ਪਿਤਾ ਜੀ ਹੁੰਦੇ ਆ, ਜਾਂ ਹੋਰ ਕੋਈ ਸੱਜਣ ਪਿਆਰਾ ਕੋਈ ਹੋ ਸਕਦਾ। ਪਰ ਨਹੀਂ, ਬਹੁਤੇ ਲੋਕ ਤੁਹਾਡਾ ਸਿਰ ਦੁਖਦਾ, ਗੋਡੇ ਦੁਖਦੇ ਆ, ਮੋਢੇ ਦੁਖਦੇ ਆ, ਇਹਦੇ ਨਾਲ ਭਾਈ ਕਿਸੇ ਨੂੰ ਕੀ ਮਤਲਬ? ਸਿਆਣੇ ਬੰਦੇ ਦੁੱਖਾਂ ਨੂੰ ਚੁੱਪ ਕਰਕੇ ਸਹਿੰਦੇ ਹੁੰਦੇ ਆ। ਇਸ ਕਰਕੇ ਤੁਸੀਂ ਕਦੇ ਵੀ ਕੋਈ ਚਿੰਤਾ ਪਰੇਸ਼ਾਨੀ ਆ ਉਹਦਾ ਰੌਲਾ ਨਹੀਂ ਪਾਉਣਾ, ਉਹਦਾ ਕਦੇ ਵੀ ਰੌਲਾ ਨਹੀਂ ਪਾਉਣਾ। ਦੂਜੀ ਗੱਲ ਤੁਸੀਂ ਇਹ ਚੇਤੇ ਰੱਖਣੀ ਆ। ਅਗਲੀ ਗੱਲ, ਤੀਜੀ ਗੱਲ, ਪਰਿਵਾਰਕ ਸਮੱਸਿਆਵਾਂ, ਇਹ ਵੀ ਚੱਲਦੀਆਂ ਰਹਿੰਦੀਆਂ। ਕਈ ਲੋਕ ਆਪਦੇ ਘਰ ਦੀ ਗੱਲ ਬਾਹਰ ਜਾ ਕੇ ਦੱਸਣ ਲੱਗ ਜਾਂਦੇ ਵੀ ਇਹ ਸਾਡੇ ਨਾਲ ਹਮਦਰਦੀ ਕਰਨਗੇ, ਇਹ ਸਾਡੇ ਨਾਲ ਦੁੱਖ ਵੰਡਾਉਣਗੇ। ਅੱਜ ਕੱਲ੍ਹ ਲੋਕ ਨਾ ਤਮਾਸ਼ਾ ਵੇਖਦੇ ਆ। ਮਸਕੀਨ ਸਾਹਿਬ ਜੀ ਦੇ ਇੱਕ ਬਚਨ ਆ, ਸਾਹਿਲ ਕੇ ਤਮਾਸ਼ਾਈ ਹਰ ਡੂਬਨੇ ਵਾਲੇ ਪਰ ਅਫਸੋਸ ਤੋਂ ਕਰਤੇ ਹੈਂ ਇਮਦਾਦ ਨਹੀਂ ਕਰਦੇ। ਉਹ ਡੁੱਬਦਿਆਂ ਤਾਂ ਤਮਾਸ਼ਾ ਹੁੰਦਾ, ਡੁੱਬਦੇ ਬੰਦੇ ਦਾ ਤਾਂ ਲੋਕ ਦੂਰੋਂ ਖੜ੍ਹੇ ਕਰੀ ਜਾਣਗੇ, ਆ ਜਾ ਬਾਹਰ ਨਿਕਲਿਆ, ਮਦਦ ਨਹੀਂ ਕਰਦੇ, ਤਮਾਸ਼ਾ ਹੁੰਦਾ ਡੁੱਬਦੇ ਬੰਦੇ ਦਾ। ਇਸ ਕਰਕੇ ਤੁਸੀਂ ਕਦੇ ਵੀ ਆਪਦੀ ਘਰ ਦੀ ਜਿਹੜੀ ਗੱਲ ਆ ਬਾਹਰਲੇ ਬੰਦੇ ਨੂੰ ਨਹੀਂ ਦੱਸਣੀ। ਤੁਹਾਡੀ ਘਰ ਦੀ ਗੱਲ ਚਾਰ ਦੀਵਾਰੀ ਤੋਂ, ਘਰ ਤੋਂ ਬਾਹਰ ਨਹੀਂ ਜਾਣੀ ਚਾਹੀਦੀ। ਉਹ ਘਰ ਆ, ਪਰਿਵਾਰ ਦੇ ਜੀ ਆ, 100 ਵਾਰੀ ਲੜਨਾ, 100 ਵਾਰੀ ਬੋਲਣਾ, 100 ਵਾਰੀ ਬੜਾ ਕੁਝ ਹੋਣਾ, ਆਪਾਂ ਹੀ ਹੱਲ ਕੱਢਣੇ ਆ, ਆਪਾਂ ਹੀ ਇਕੱਠੇ ਰਹਿਣਾ ਇੱਕੋ ਛੱਤ ਥੱਲੇ, ਲੋਕਾਂ ਨੂੰ ਕਾਹਤੋਂ ਦੱਸਣੀ ਜਾ ਕੇ ਗੱਲ? ਲੋਕਾਂ ਨੂੰ ਦੱਸਤੀ ਜਦੋਂ ਗੱਲ ਆਪਾਂ, ਉਦੋਂ ਗੁਰੂ ਪਿਆਰਿਓ, ਅਤੇ ਫਿਰ ਉਹ ਸੁਣਿਆ ਨਾ ਤੁਸੀਂ, ਘਰ ਦਾ ਭੇਤੀ ਲੰਕਾ ਢਾਏ,
ਐਵੇਂ ਨਹੀਂ ਗੱਲ ਬਣੀ, ਸੱਚੀ ਲੰਕਾ ਢਹਿ ਜਾਂਦੀ ਹੈ। ਬਣਿਆ ਬਣਾਏ ਘਰ ਅੱਜ ਖਰਾਬ ਹੋ ਚੁੱਕੇ ਆ, ਕਿਉਂਕਿ ਘਰ ਦੇ ਜੀ ਆਪਦੀ ਗੱਲ ਘਰੋਂ ਬਾਹਰ ਜਾ ਕੇ ਦੱਸਦੇ ਸੀ, ਕਹਿੰਦੇ ਘਰ ਦੀ ਫੁੱਟ ਅਤੇ ਜਗਤ ਦੀ ਲੁੱਟ ਹੁੰਦੀ ਹੈ। ਐਵੇਂ ਨਹੀਂ ਗੱਲਾਂ ਬਣੀਆਂ, ਤੱਤ ਕੱਢੇ ਆ ਸਿਆਣਿਆਂ ਦੇ ਗੁਰੂ ਪਿਆਰਿਓ, ਘਰ ਦੀ ਫੁੱਟ ਜਗਤ ਦੀ ਲੁੱਟ। ਦੁਨੀਆ ਦੇ ਲੋਕ ਤੀਜੀ ਧਿਰ ਫਾਇਦਾ ਲੈ ਜਾਂਦੀ ਆ, ਦੋ ਜਾਣੇ ਘਰ ਲੜਦੇ ਹੋਣ। ਇਵੇਂ ਗੌਰਮੈਂਟਾਂ ਨੇ ਆਪਣੇ ਨਾਲ ਕੀਤਾ, ਆਪਾਂ ਨੂੰ ਲੜਾ ਕੇ ਆਪਸ ਵਿੱਚ ਆਪ ਉਹ ਬੈਠੇ ਖਾਈ ਜਾਂਦੇ ਆ। ਲੋਕਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ, ਕਿਉਂਕਿ ਮਨੋਵਿਗਿਆਨ ਅਸੀਂ ਪੜ੍ਹਦੇ ਹੀ ਨਹੀਂ ਹੈਗੇ। ਮਨੋਵਿਗਿਆਨ ਪੜ੍ਹਿਆ ਹੁੰਦਾ ਤਾਂ ਘਰ ਦੀਆਂ ਗੱਲਾਂ ਕਿਉਂ ਜਾ ਕੇ ਬਾਹਰ ਦੱਸਦੇ। ਕਈ ਵਾਰ ਨਾ ਕੋਈ ਭੋਲਾ ਜਿਹਾ ਬਣ ਕੇ, ਹਮਦਰਦ ਜਿਹਾ ਬਣ ਕੇ ਸਾਡੇ ਤੋਂ ਗੱਲਾਂ ਕਢਾ ਲੈਂਦਾ ਘਰ ਦੀਆਂ। ਫਿਰ ਜਦੋਂ ਘਰ ਦੀਆਂ ਗੱਲਾਂ ਪਤਾ ਲੱਗ ਜਾਂਦੀਆਂ, ਅਸੀਂ ਉਹਦੇ ਅੱਗੇ ਕਮਜ਼ੋਰ ਹੋ ਜਾਂਦੇ। ਦੇਖੋ, ਬੰਦ ਮੁੱਠੀ ਆ ਲੱਖ ਦੀ, ਖੁੱਲ ਗਈ ਅਤੇ ਕੱਖ ਦੀ। ਬੰਦ ਮੁੱਠੀ ਹੋਵੇ ਅਤੇ ਲੱਖ ਦੀ ਆ, ਜਦੋਂ ਪਤਾ ਹੀ ਨਹੀਂ ਵਿੱਚ ਕੀ ਆ, ਸੋਨਾ ਵੀ ਹੋ ਸਕਦਾ, ਹੀਰੇ ਵੀ ਹੋ ਸਕਦੇ ਆ। ਖੁੱਲ ਗਈ ਜਦੋਂ ਪਤਾ ਲੱਗਾ ਵੀ ਖੁੱਲ ਗਈ ਅਤੇ ਕੱਖ ਦੀ। ਤਾਂ ਇਹ ਚੀਜ਼ਾਂ ਸਾਰੀਆਂ ਨਾ ਸਿਆਣਿਆਂ ਦੇ ਤੱਤ ਕੱਢੇ, ਬਜ਼ੁਰਗਾਂ ਦੇ ਐਵੇਂ ਨਹੀਂ ਹੈਗੇ। ਪਰਿਵਾਰ ਦੀ ਸਮੱਸਿਆ ਨੂੰ ਘਰ ਦੇ ਵਿੱਚ ਹੀ ਰੱਖਣਾ, ਘਰ ਤੋਂ ਬਾਹਰ ਜਾ ਕੇ ਨਹੀਂ ਕਹਿਣਾ। ਇਹ ਫਿਰ ਚੁਗਲੀ ਦੀ ਆਦਤ ਹੋ ਜਾਂਦੀ ਹੈ। ਮਹਾਰਾਜ ਜੀ ਕਹਿੰਦੇ, ਜਿਸ ਦੇ ਅੰਦਰ ਚੁਗਲੋ ਚੁਗਲੀ ਵੱਜੈ, ਜਿਹਦੇ ਅੰਦਰ ਚੁਗਲੀ ਦੀ ਆਦਤ ਪੈ ਜਾਂਦੀ ਆ, ਉਹਦਾ ਕਦੇ ਨਹੀਂ ਭਲਾ ਹੋ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਆ। ਜਿਹੜਾ ਭਾਈ ਬੰਦਾ ਜਿਹਨੂੰ ਚੁਗਲੀ ਦੀ ਆਦਤ ਪੈ ਜਾਂਦੀ ਆ, ਉਹ ਚੁਗਲ ਦੇ ਨਾਮ ਨਾਲ ਹੀ ਮਸ਼ਹੂਰ ਹੋ ਜਾਂਦਾ, ਉਹਦੀ ਸਾਰੀ ਕਮਾਈ ਵਿਅਰਥ ਚਲੀ ਜਾਂਦੀ ਆ। ਜਿਸ ਅੰਦਰ ਚੁਗਲੀ ਚੁਗਲੋ ਵੱਜੈ, ਕੀਤਾ ਕਰਤਿਆਂ ਉਸ ਦਾ ਸਭ ਗਿਆ, ਅਤੇ ਚੁਗਲੀ ਕਰੇ ਅਣਹੋਂਦੀ ਪਰਾਈ, ਮੂੰਹ ਕੱਢ ਨਾ ਸਕੈ ਉਸ ਦਾ ਕਾਲਾ ਪਿਆ। ਇਸ ਕਰਕੇ ਭਾਈ ਮੂੰਹ ਕਾਲਾ ਹੋ ਜਾਂਦਾ ਇਹੋ ਜਿਹੇ ਬੰਦੇ ਦਾ, ਤਾਂ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਲੋਕਾਂ ਦੀਆਂ ਗੱਲਾਂ ਬਣਾ ਬਣਾ ਕੇ ਕਰਦਾ। ਤੁਸੀਂ ਇਹ ਘਰ ਦੀ ਜਿਹੜੀ ਗੱਲ ਆ, ਬਾਹਰ ਜਾ ਕੇ ਕਦੇ ਵੀ ਨਹੀਂ ਕਰਨੀ। ਚੌਥੀ ਗੱਲ ਅੱਗੇ ਕਿਹੜੀ ਚੇਤੇ ਰੱਖਣੀ ਆ, ਕਿੰਨਾ ਚੀਜ਼ਾਂ ਦੇ ਤੁਸੀਂ ਮਾਲਕ ਹੋ, ਕਿਹੜੀ ਕਿਹੜੀ ਸੰਪਤੀ ਦੇ ਤੁਸੀਂ ਮਾਲਕ ਹੋ, ਕਿੰਨੀ ਜ਼ਮੀਨ ਆ, ਕਿੰਨੇ ਪਲਾਟ ਆ ਤੁਹਾਡੇ ਕੋਲ, ਤੁਹਾਡੇ ਬਟੂਏ 'ਚ ਕਿੰਨੇ ਪੈਸੇ ਆ। ਇਹ ਵੀ ਭਾਈ ਕਿਸੇ ਨੂੰ ਨਾ ਦੱਸੋ ਕਦੇ ਵੀ, ਜੇ ਤੁਸੀਂ ਜ਼ਿੰਦਗੀ ਵਿੱਚ ਕਾਮਯਾਬ ਹੋਣਾ। ਕਈ ਨਾ ਲੋਕ ਇਸ ਤਰ੍ਹਾਂ, ਭਾਵ ਕਿ ਮਹਾਰਾਜ ਜੀ ਕਹਿੰਦੇ ਬੰਦਾ ਨਾ ਹੋਮੇ 'ਚ ਆ ਕੇ ਕਹਿ ਦਿੰਦਾ ਕਈ ਵਾਰ, ਕਿਉਂਕਿ ਹੋਮੇ ਇੱਕ ਗੰਦਾ ਤੁਪਕਾ ਜਿਹੜਾ ਬੰਦੇ ਦੇ ਸਾਰੇ ਸਰੀਰ 'ਚ ਫੈਲਿਆ ਹੋਇਆ ਹੈ। ਭਾਈ ਨੰਦ ਲਾਲ ਜੀ ਕਹਿੰਦੇ ਆ, ਹੈ ਇੱਕ ਤੁਪਕਾ ਹੀ ਆ। ਬੰਦਾ ਨਾ ਕਈ ਵਾਰ ਹੋਮੇ 'ਚ ਕਹੀ ਜਾਓ, ਮੇਰੇ ਕੋਲ ਇੰਨੀ ਜ਼ਮੀਨ ਆ, ਮੇਰੇ ਕੋਲ ਇੰਨੇ ਕਿੱਲੇ ਆ, ਮੇਰੇ ਕੋਲ ਇੰਨੇ ਪਲਾਟ ਆ, ਮੇਰੀ ਇੰਨੀ ਆਮਦਨ ਆ। ਇਸ ਕਰਕੇ ਭਾਈ ਤੁਸੀਂ ਕਿੰਨਾ ਚੀਜ਼ਾਂ ਦੇ ਮਾਲਕ ਹੋ, ਤਾਂ ਉਹ ਭੁੱਲ ਕੇ ਵੀ ਕਦੇ ਕਿਸੇ ਨੂੰ ਨਹੀਂ ਦੱਸਣਾ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਹਾਡੇ ਕੋਲ ਹੈ, ਕਿਉਂਕਿ ਲੋਕ ਨਾ ਫਿਰ ਤੁਹਾਡਾ ਅੰਦਾਜ਼ਾ ਜਿਹਾ ਲਾ ਲੈਂਦੇ ਆ ਵੀ ਇਹ ਬੰਦੇ ਕੋਲ ਇੰਨੇ ਪੈਸੇ ਆ, ਫਿਰ ਉਹਨਾਂ ਨੂੰ ਤੁਹਾਡੇ ਖਰਚੇ ਨਹੀਂ ਦਿਖਦੇ, ਉਹ ਫਿਰ ਮਦਦ ਮੰਗਦੇ ਤੁਹਾਡੇ ਤੋਂ, ਮੇਰੀ ਮਦਦ ਕਰਦੇ। ਬੰਦੇ ਦੀ ਆਮਦਨ ਦੇ ਹਿਸਾਬ ਨਾਲ ਉਹਦੇ ਖਰਚੇ ਹੁੰਦੇ ਆ। ਰਿਸ਼ਤੇਦਾਰਾਂ ਨੂੰ ਇਵੇਂ ਹੁੰਦਾ ਵੀ ਇਹ ਮੇਰੀ ਮਦਦ ਕਰ ਦੇਵੇ, ਆਪਾਂ ਕਰ ਨਹੀਂ ਪਾਉਂਦੇ, ਉਦੋਂ ਫਿਰ ਕੀ ਹੁੰਦਾ ਗੁਰੂ ਪਿਆਰਿਓ, ਉਦੋਂ ਕਲੇਸ਼ ਖੜ੍ਹੇ ਹੋ ਜਾਂਦੇ, ਮੂੰਹ ਮੋਟੇ ਹੋ ਜਾਂਦੇ ਆ, ਲੜ ਪੈਂਦੇ ਆ ਸਾਡੇ ਨਾਲ। ਤਾਂ ਇਹ ਚੀਜ਼ ਤੁਸੀਂ ਖਾਸ ਖਿਆਲ ਰੱਖਣਾ, ਤੁਹਾਡੇ ਕੋਲ ਕਿੰਨੀ ਸੰਪਤੀ ਆ, ਕਿੰਨਾ ਸੋਨਾ, ਕੀ ਕੁਝ ਤੁਸੀਂ ਬਣਾਇਆ, ਕਦੇ ਵੀ ਇਹ ਭੁੱਲ ਕੇ ਕਿਸੇ ਨੂੰ ਨਹੀਂ ਦੱਸਣਾ। ਅਗਲੀ ਚੀਜ਼ ਆ ਪੰਜਵੀਂ, ਜੋ ਅੱਜ ਕੱਲ੍ਹ ਬਹੁਤ ਹੁੰਦੀ ਆ, ਪਰਉਪਕਾਰ ਕਰੋ ਪਰ ਦੱਸੋ ਨਾ ਮੈਂ ਕੀ ਕੀਤਾ। ਸਿਆਣੇ ਬੰਦੇ ਕਹਿੰਦੇ ਆ, ਦਾਨ ਇੱਕ ਹੱਥ ਨਾ ਕਰੀਏ ਅਤੇ ਦੂਜੇ ਹੱਥ ਨੂੰ ਪਤਾ ਨਹੀਂ ਲੱਗਣਾ ਚਾਹੀਦਾ। ਗੁਰੂ ਪਿਆਰਿਓ ਮਹਾਰਾਜ ਦੀ ਬਾਣੀ ਇਹ ਕਹਿੰਦੀ ਆ ਕਿ ਸਾਨੂੰ ਕਿਰਤ ਕਰਨੀ ਚਾਹੀਦੀ ਆ, ਵੰਡ ਕੇ ਛਕਣਾ ਚਾਹੀਦਾ, ਪਰ ਰੌਲਾ ਨਹੀਂ ਪਾਉਣਾ ਚਾਹੀਦਾ। ਮਹਾਰਾਜ ਕਹਿੰਦੇ ਆ ਨਾ ਵੀ ਜਿਹੜਾ ਬੰਦਾ ਦਾਨ ਕਰਕੇ ਰੌਲਾ ਬਹੁਤ ਪਾਉਂਦਾ ਅਤੇ ਦਾਨ ਕਰਕੇ ਹੋਮੇ ਕਰਦਾ, ਤੀਰਥਾਂ 'ਤੇ ਜਾਂਦਾ, ਹੋਮੇ ਆ ਜਾਂਦੀ ਆ, ਤੀਰਥਾਂ 'ਤੇ ਜਾ ਕੇ ਆਪਾਂ ਦਾਨ ਪੁੰਨੀ ਕਰਦੇ ਹਾਂ, ਅਤੇ ਉਹ ਭਾਈ ਜਿਉਂ ਕੁੰਚਰ ਇਸ਼ਨਾਨ, ਉਹਦੀ ਤਾਂ ਹਾਥੀ ਵਾਲੀ ਗੱਲ ਆ, ਜਿਹੜਾ ਹਾਥੀ ਪਹਿਲਾਂ ਨਹਾ ਲੈਂਦਾ ਫਿਰ ਚਿੱਕੜ ਵਿੱਚ ਜਾ ਕੇ ਡੁੱਬ ਜਾਂਦਾ। ਇਸ ਕਰਕੇ ਤੁਸੀਂ ਪਰਉਪਕਾਰ ਕਰਕੇ ਨਹੀਂ ਦੱਸਣਾ ਹੈ। ਸਤਿਗੁਰੂ ਦੀ ਬਾਣੀ ਦਾ ਬਚਨ ਆ ਨਾ, ਤੀਰਥ ਵਰਤ ਅਰ ਦਾਨ ਕਰ। ਜੇ ਕੋਈ ਯਾਤਰਾ ਕਰਕੇ, ਦਾਨ ਪੁੰਨ ਕਰਕੇ ਆਪਣੇ ਚਿੱਤ ਵਿੱਚ ਹੰਕਾਰ ਕਰੇ ਅਤੇ ਲੋਕਾਂ ਨੂੰ ਦੱਸਦਾ ਫਿਰੇ, ਨਾਨਕ ਨੇਹ ਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ, ਤਾਂ ਉਹਦਾ ਭਾਈ ਇਸ ਤਰ੍ਹਾਂ ਹੀ ਜਾਣੋ ਜਿਵੇਂ ਹਾਥੀ ਦਾ ਕੀਤਾ ਹੋਇਆ ਇਸ਼ਨਾਨ। ਹਾਥੀ ਨਹਾ ਕੇ ਨਾ ਸਵਾਹ ਮਿੱਟੀ ਆਪਣੇ 'ਤੇ ਪਾ ਲੈਂਦਾ। ਇਸ ਕਰਕੇ ਭਾਈ ਤੁਸੀਂ ਪਰਉਪਕਾਰ ਕਰਕੇ ਕਦੇ ਵੀ ਚਿਤਾਰਨਾ ਨਹੀਂ।
परोपकार करो करना चाहिदा सतगुर दी बाणी कहिंदी आ, पर रौला ना पाओ। कई ना आपदा नाम गुरद्वारा साहब जी दे पत्थर उपर लिखाउंदे, दूरों कहणगे साडा नाम पहलां लिख दिओ। इत्थों तक हद हो जांदी कि टाइम पीस चढ़ाउंदे आ गुरद्वारे, कलॉक जिहड़ी हुंदी आ कंध ते लगण वाली घड़ी, ते उत्ते वी आपदा नाम लिखाउंदे आ। कईआं ने फिर एंबूलेंस दान कीती आपदा नाम लिखाया हुंदा। इह की आ इह सारीआं चीज़ां? यह है सिखिज़म दे विच आउंदियां चीज़ां। शर्म आउंदी आ इह गल्लां देख के। गुरद्वारिआं च जांदे आ पत्थरां ते नाम लिखे हुए आ, फलाणा सिंघ ने इन्ना दान कीता, पत्थरां ते नाम लिखाई फिरदे आ। गुरद्वारा साहिब विच अजिहा करना आपदी होमे नूं पट्ठे पाउण दे वांगा। इस करके भाई परोपकार करो पर किसी नूं दसो ना, इह पंजवीं गल। अगली छेवीं गल आ अपनी जिहड़ी आमदन आ, जिहड़ी आमदन हुंदी आ बंदे दी, ना तां तुसीं किसे तों पुछणी आ ते ना ही दसणी। कई बार अपने लोग पुछदे आ, हाँ बई कम ते लग गया तूं, इस तरह। फिर हौली हौली उन्होंने पुछना तो यह हुंदा वी तुहानूं किन्ने कु पैसे बणदे आ। बाहरले देश दे विच्चों फोन करिए जां आवे, आपां इह तां भावें ना पुछीए वी भाई तुसीं लंगर प्रशादा छक लिया कि नहीं, गुरद्वारा साहब जाने हुने आ कि नहीं, बाणी पढ़ते हो कि नहीं। आपां इह पुछांगे वी किन्ने कमा लैना महीने दे। ना तां आपदी भाई इह सब तों घटिया आदत आ किसे दी आमदन पुछणी, ना तां दसणी आ ते मैं तुहानूं कहिंदा वी ना पुछणी आ। छेवीं गल तुसीं चेते रखनी आ, अज कल लोग इदां ही करी जांदे आ, आमदन जरूर पुछणगे, आमदन ना तां दसणी आ ना पुछणी आ। क्यों? इह क्यों कह कहा जांदा? जदों तुसीं आपदी आमदन ही दस दोगे, लोग तुहानूं उह हिसाब नाल इज्जत देण लग जांदे आ। भगत कबीर जी दा इक बचन आ, निर्धन आदर कोई ना दे। हुण जिहदी 5-7 हज़ार तनखाह, उह बंदे दा सत्कार थोड़ी करूगा कोई। जिहड़े बंदे कोल पैसे नहीं हुंदे, कबीर साहिब जी कहिंदे लोक उहदा सत्कार नहीं करदे। माण उहनूं मिलदा जिहदे कोल तान होवे, तान कहिंदे शक्ति नूं, जां तां सत्ताधारी होवे कोई, पोलिटिकल बंदा होवे, उहनूं देख के आपां खड़े हुंदे आ। लीडरां नूं वेख के किन्नियां गड्डियां उहनां दे घरे खड़ियां हुंदियां, आ जे कोई पिछे पिछे लोक तुरे फिरदे आ। इह चीज़ां सारियां जिहड़ियां हन गुरु प्यारिओ, महाराज सच्चे पातशाह जी कहिंदे भाई आमदन किसी नूं ना तां दसो ते ना ही पुछो, निर्धन आदर कोई ना दे। जिहड़े बंदे कोल पैसा नहीं हुंदा, लोक उहदा सत्कार नहीं करदे, क्योंकि लोकां ने की करना? वैसे भी पिंड दे विच तां ना जिहड़ी इज्जत आ गुरु प्यारिओ, उह तां फिर जमीन दी हुंदी आ, अकल दी नहीं हुंदी। तुसीं देखोगे, करके देख लिओ, इह चीज़ां दे तत्त कढ़े हुंदे आ, इह कोई ऐवें नहीं। कई इस तरह कहिण लग जांदे कि अपने कोलों बनाईआं होईआं गल्लां, कई ऐवें कहिंदे आ, आओ तुहानूं भगत जी दा शब्द सरवण करवाईए, पता लग जाएगा वी आपदे कोलों आ कि महाराज दी बाणी वी कहिंदी आ। निर्धन आदर कोई ना दे। भगत कबीर जी कहिंदे कोई भी जाना गरीब बंदे दा सन्मान नहीं करदा। गरीब बंदा लख रुपये की भी गल कर दे ना, उहनूं कहिंदे लै इह ऐवें कमारी जांदा गल्लां इह। अमीर बंदा कोई इस तरह छोटी जी भी माड़ी मोटी ऐवें गल कढ दे, उहनूं कहणगे वाह क्या बात आ। लाख जतन करे उह चित ना धरे, गरीब बंदा जिन्ना मर्जी उपराले कर ले पर उह धनी बंदा जिहड़ा ना उहदी परवाह नहीं करदा। ज्यों निर्धन सरदन कह जाए, जदों गरीब बंदा धनी पुरश कोल जांदा अमीर कोल जांदा, आगे बैठा पीठ फिराए, अमीर आदमी उहदे सामने बैठा उहदे वल पैठ मोड़ लैंदा। पर ज्यों निर्धन सरदन कह जाए, जदों धनवान बंदा कंगाल बंदे कोल जांदा उह उहदा सत्कार करदा, उह उहदा माण सन्मान करदा, उहनूं इज्जत दिंदा। इस करके भाई दुनिया दे विच जिहड़ी सत्कार आ ना इज्जत आ, उह पैसे दा ही हुंदा। भगत कबीर जी तां इह कहिंदे, क्योंकि देखो जिहड़ा तान आ ना तान, उहदे नाल ही बंदे नूं माण मिलना। किसी कोल राजनीतिक सत्ता वा शक्ति आ कोई, उहनूं माण मिलना, किसी कोल पैसा उहदी इज्जत होनी आ। इस करके भाई तुसीं इह गल चेते रखनी आ जिहड़ी तुहानूं दस रहे हां। छेवीं गल, आमदन किसी नूं नहीं दसणी आपणी, भुल के भी नहीं दसणी, ना दसणी आ ते मैं इह वी कह रहा ना पुछणी आ, इह माड़ी आदत आ। आदतां दा चलाया बंदा चलदा, जदों आदतां बुढ़ियां हो जांदियां उदों इन्हां नूं बदलना बहुत औखा, ठीक आ ना।
इस करके सा गिने नहीं जाते, जिंदगी बड़ी छोटी है, आप गलत आदतें नहीं बनानियां। देखो सा गिने तो नहीं जाते पर होंगे गिणती दे, जिन्होंने व्डे काम किए कदम स्वादा के पिछे नहीं पे या छोटिया गलों के पिछे नहीं पे कि तेरे किन्ने कमा लेना तू। ओ भाई एक छोटी जी कहानी भी सुनो, कोई सीगा एक बंदा सीगा, वो नौजवान ही सड़क ते खड़ जा करे ते इस तरह गिणिया करे किन्नियां गड्डियां लंघ गईयां रोड तो, सड़क तो किन्नियां गड्डियां लंघ दियां, जी टी रोड ते खड़ गया गिणी चलिया करे सुबह तो शाम तक गड्डियां गिणे, उहदा की फायदा, गिणने ना किहड़ा उहनूं गड्डी मिलनी है कोई, इदों आपदी मेहनत करदा आपदी छोटी मोटी कार ही लै लैंदा, वह कौन की करता किमें करता क्यों करता, जिन्ना इन्हां गल्लां तो दूर रहोंगे किदी किन्नी आमदन आ, आपां की लैणा, वह आपदे घरे सुखी है आपां आपदे घरे। इस तरह भाई बहुती दखल अंदाजी नहीं करनी, आमदन किसी नूं ना दसनी है ते ना ही पुछनी, बस इन्ना कह दिया करो महाराज जी ने बस रोटी पानी जोगे करता। जो कोई पूछे ना आमदन मैं तुहानूं जवाब दे दिंदा, महाराज सच्चे पातशाह जी ने बहुत कृपा की आ, बस रोटी खाई जाने वो दिता, तू दाता दा तार तेरा दिता खावना। अगली गल जी आ सतमी, सफलता दा राज, आपदी जिंदगी वे तुसी केड़े केड़े कम्मा करके सफल हो गए। आम करके तो यह हुंदा भी आपां नूं सफलता दा राज दसना चाहिए, गुरु साहब जी तो कहिंदे भाई गुण जिहड़ा देना चाहिए सानूं, गुणा नाल सांझ करनी चाहिए है, पर कई बार अज की दुनिया के हिसाब नाल तुहानूं दसदा जदों आपां किसी नूं दस दिंदे आ भाई आह काम कर ला तू सफल हो जाएगा, वह अपने पिछे लग के कर लैंदा। कई बार किसी विच इन्नी सत्या नहीं हुंदी, इन्ना बल नहीं हुंदा, महाराज ने कोई ना किसी ही जिहा उपाया, कोई भी बंदा किसी वर्गा नहीं बनाया, अपना अंगूठे का निशान इन्हूं फिंगरप्रिंट कहने कदे किसी ना नहीं मैच हुंदा, रलदा नहीं, तो गुरु प्यारे हो साड़ी सोच किवें किसी ना कदे रल जूगी। कई बार सानू रब ने गुण दिता हुंदा, असीं उहदे नाल कामयाब हो जाने उहनूं करके, वह बंदा फेल हो जाता, वह बाद चो आपनूं दोष दिंदा भी तू मैनूं कहा सीगा, मैं तेरे करके आ चीज़ की, मेरी जिंदगी तबाह हो गई है ते हुण मैं किधर नूं जावां, दोष अपने सिर आ जाता। हालांकि दोष कदे भी किसी नूं जिंदगी च देना नहीं चाहिए, दद्दै दोष न देउ किसै, दोष कर्मा अपने आ, जो मैं किया सो मैं पाया, दोष न दीजे अवरजन। लोग आपदी गलती नूं स्वीकार नहीं करनगे भी असीं आपदे करके फेल हो गए, तुहानूं तूमत लाउणगे, इस करके ना सफलता दा राज उन्हीं दस्यो जिहड़ा तड़फ के मंगे, एवें ना रिश्तेदारां कोल जाके कह दो आह काम कर ला तू आह कर ला, वह बिना मंगे तो सलाह नहीं ना दिंदे हुंदे जिहड़े, ते उन्हां दी इज्जत जिहड़ी आ बनी रहिंदी आ, जिहड़े बिना मंगेओं सलाह देई जांदे आ उन्हां दा सत्कार उन्हां दी इज्जत उन्हां दा रुतबा उन्हां दा माण घट जांदा, तां इह सफलता दा राज तुसी नहीं दसणा, इह गल चेते रखणी आ। अगली अठवीं गल, चलाकियां जिहड़ियां, जे रिश्तेदार तुहाडे नाल चलाकी करदे आ तुसीं उहनां नाल चलाकी करदे हो, वह भी तुहानूं नफरत करनगे, तुसीं भी उहनां नूं नफरत करोगे, चलाकियां छड्डणियां पैणियां जे तां जिंदगी च कामयाब होना। अठवीं गल जिहड़ी आ, महाराज जी दा बचना, चतराई ना चतर भुज पाई है, रे मन माधो स्यों लाई, आपदा जिहड़ा मन आ रे जन मन माधो स्यों लाई है, वह माधो जी परमात्मा वाहिगुरू दे नाल जोड़ना कर पाई, जे तू परमात्मा की प्राप्ति चाहना चलाकियां छड्ड दे, पर चलाकियां छड्डना नशे छड्डन तो भी औखा काम आ, चलाकियां जिहड़ियां ना ये नशे छड्डन तो भी औखा काम आ, नशे छड्डन दे कैंप लगदे आ, बन के लोगों संगलां नाल नशे छड़ाए जांदे आ, लोग उत्थे जा के बेचारे नौजवान मुंडे बहुत ज़्यादा होर भी तबीयत उन्हां दी खराब हो जाती है। गुरबाणी भी नशा छड़ाउण दा कैंप लाउंदी आ, चलाकियां वाला नशा, जिहड़ा नशे तो भी हो सकदा बंदा नशा तो छड्ड देवे पर जिहनूं आदत पै गई चलाकी दी उहदी आदत नहीं जाती हुंदी। इस करके भाई मैं आप जी नूं कह रहा चलाकियां छड्ड दिओ, जे तुसीं करदे हो रिश्तेदारां दे नाल ते जिहड़ा कोई करदा उहदे नूं पिछे हट जाओ, उन्हूं मूँह दे विच्चों मुख विच्चों माड़ा बचन तो कहना ही नहीं ना, नानक फिक्का बोलिया तन मन फिक्का होए, जिहड़ा बंदा फिक्का बोलदा वो आप भी फिक्का,
ਉਹਦਾ ਸਰੀਰ ਵੀ ਫਿੱਕਾ ਹੋ ਜਾਂਦਾ, ਉਹਨੂੰ ਦਰਗਾਹ 'ਚ ਸੁੱਟਿਆ ਜਾਂਦਾ। ਫਿੱਕਾ ਦਰਗਾਹ ਸੁੱਟੀ ਹੈ, ਮੋਹ ਥੁੱਕਾਂ ਫਿੱਕੇ ਪਾਏ, ਫਿੱਕਾ ਮੂਰਖ ਆਖੀ ਹੈ, ਪਾਣਾ ਲਹਿ ਸਜਾਏ। ਜੀਵ ਬਹੁਤ ਪਾਪ ਕਰਦੀ ਹੈ। ਕਦੇ ਗੌਰ ਕਰਿਓ, ਜਿੰਨੇ ਆਪਣੇ ਇੰਦਰੇ ਆ, ਗਿਆਨ ਇੰਦਰੇ, ਕਰਮ ਇੰਦਰੇ, ਇਹਨਾਂ 'ਚੋਂ ਜੀਵ ਜਿਹੜੀ ਆ ਸਭ ਤੋਂ ਵੱਧ ਪਾਪ ਕਰਦੀ ਹੈ। ਝੂਠ ਬੋਲਣਾ ਪਾਪ ਆ, ਫਿੱਕਾ ਬੋਲਣਾ ਪਾਪ ਆ, ਅਵਾ ਤਵਾ ਬੋਲਣਾ ਪਾਪ ਆ, ਬੇਵਜ੍ਹਾ ਬੋਲਣਾ ਪਾਪ ਆ, ਕੂੜ ਬੋਲਣਾ ਪਾਪ ਆ। ਇਸ ਕਰਕੇ ਭਾਈ ਜੀਵ ਜਿਹੜੀ ਆ ਬਹੁਤ ਪਾਪ ਕਰੀ ਜਾਂਦੀ ਆ। ਜੀਵ ਦੇ ਬਹੁਤ ਤਰ੍ਹਾਂ ਦੇ ਪਾਪ ਆ, ਸਭ ਤੋਂ ਵੱਧ ਪਾਪ ਜੀਵ ਕਰਦੀ ਆ। ਇਸ ਕਰਕੇ ਭਾਈ ਚਲਾਕੀਆਂ ਛੱਡੋ ਅਤੇ ਆਪਦੀ ਜਿਹੜੀ ਰਸਨਾ ਇਹਦੇ 'ਤੇ ਕੰਟਰੋਲ ਕਰਨਾ ਸਿੱਖੋ ਜੀਵ 'ਤੇ। ਅੱਠਵੀਂ ਗੱਲ ਇਹ ਹੋ ਗਈ। ਨੌਵੀਂ ਗੱਲ ਮੈਂ ਆਪ ਜੀ ਨੂੰ ਕਹੂੰਗਾ, ਕਦੇ ਵੀ ਗੁਰੂ ਪਿਆਰਿਓ ਤੁਹਾਡਾ ਕਿੰਨਾ ਨਿਤਨੇਮ ਆ, ਕਿੰਨੇ ਤੁਸੀਂ ਪਾਠ ਕਰਦੇ ਹੋ, ਕਦੇ ਕਿਸੇ ਨੂੰ ਨਹੀਂ ਦੱਸਣਾ। ਰਿਸ਼ਤੇਦਾਰਾਂ ਨੂੰ ਨਾ ਕਈ ਵਾਰ ਅਸੀਂ ਜਾਂਦੇ ਹਾਂ, ਆਪਾਂ ਜਾ ਕੇ ਕਹਿੰਦੇ ਮੈਂ ਤਾਂ ਜੀ 10 ਪਾਠ ਜਪਜੀ ਸਾਹਿਬ ਦੇ ਕਰ ਲੈਂਦਾ। ਅੱਛਾ, ਮੈਂ ਜੀ ਸੁਖਮਣੀ ਸਾਹਿਬ ਜੀ ਦੇ ਨਾ 2 ਪਾਠ ਰੋਜ਼ ਕਰਦਾ ਜਾਂ ਕਰਦੀ ਹਾਂ। ਠੀਕ ਆ, ਤੁਸੀਂ ਕਰਦੇ ਹੋ, ਬਹੁਤ ਚੰਗੀ ਗੱਲ ਆ। ਜਦੋਂ ਸੁਣਾਤਾ ਨਾ ਵੀ ਉਹ ਸਮਝ ਲਓ, ਜਿਹਨੂੰ ਸੁਣਾਇਆ ਉਹਨੇ ਕਹਿਣਾ ਵੀ ਇਹ ਬੰਦਾ ਜਿਹੜਾ ਹੈ ਕਹੀ ਜਾਂਦਾ, ਇਹ ਤਾਂ ਇੱਕ ਭੇਖੀ ਆ। ਕਿਸੇ ਵੀ ਮਹਾਂਪੁਰਖ ਨੇ ਕਦੇ ਕਿਹਾ ਵੀ ਅਸੀਂ ਇੰਨਾ ਜਪ ਕਰਦੇ ਹਾਂ? ਅਸੀਂ ਥੋੜ੍ਹਾ ਜਿਹਾ ਕਰਕੇ, ਛੋਟਾ ਜਿਹਾ ਹਸਪਤਾਲ ਬੰਦਾ ਬਣਾ ਲਏ, ਬੜਾ ਰੌਲਾ ਪਾਉਂਦਾ, ਇੰਨਾ ਰੌਲਾ ਪਾਉਂਦਾ ਨਾ ਬੰਦਾ, ਸਾਰਿਆਂ ਨੂੰ ਦੱਸਦਾ ਫਿਰਦਾ, ਛੋਟਾ ਜਿਹਾ ਪਰ ਉਪਕਾਰ ਕਰ ਲਏ, 2 ਪਾਠ ਜਪਜੀ ਸਾਹਿਬ ਦੇ ਕੀ ਕਰ ਲਏ, ਪਿੰਡ ਦੇ ਵਿੱਚ ਸਾਰੇ ਅਨਾਊਂਸ ਕਰਤਾ ਜਾ ਕੇ, ਮੈਂ ਨਾ 2 ਪਾਠ ਅੱਜ ਜਪਜੀ ਸਾਹਿਬ ਦੇ ਕੀਤੇ। ਅੱਛਾ ਜੀ, ਤੇਰੇ ਮੂੰਹ 'ਤੇ ਪੰਗਤੀ ਦਿਖਦੀ ਆ। ਉਹ ਸਿੱਖਾ, ਜੇ ਤੂੰ ਬਾਣੀ ਪੜ੍ਹੀ ਹੋਊਗੀ ਆਪੇ ਪਤਾ ਲੱਗ ਜੂ ਵੀ ਤੇਰੇ ਸੁਭਾਅ 'ਚ ਫਰਕ ਪੈ ਚੁੱਕਾ। ਤੈਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ, ਤੇਰਾ ਜੀਵਨ ਦੱਸੂਗਾ। ਜੀਵਨੋਂ ਮੈਂ ਜੀਵਨ ਪਾਇਆ, ਗੁਰਮੁਖ ਭਾਏ ਰਾਮ, ਤੇਰਾ ਜੀਵਨ ਦੱਸੂ ਵੀ ਇਹਨੇ ਗੁਰੂ ਤੋਂ ਕੁਝ ਲੈ ਲਿਆ। ਤੂੰ ਐਵੇਂ ਬੋਲ ਕੇ ਦੱਸੀ ਜਾਂਦਾ। ਇਸ ਕਰਕੇ ਗੁਰੂ ਪਿਆਰਿਓ, ਗੱਲਾਂ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਵੀ ਕੌੜੀਆਂ ਲੱਗ ਸਕਦੀਆਂ ਹੈ, ਕਿਉਂਕਿ ਅਸੀਂ ਇਹ ਗਲਤੀਆਂ ਰੋਜ਼ ਕਰਦੇ ਹਾਂ। ਇਹ ਤੱਤ ਕੱਢੇ ਹੁੰਦੇ ਆ ਮਨੋਵਿਗਿਆਨੀਆਂ ਦੇ, ਐਵੇਂ ਨਹੀਂ ਇਹ ਗੱਲਾਂ ਬਣ ਜਾਂਦੀਆਂ। ਬੰਦਾ ਕਰਦਾ ਥੋੜ੍ਹਾ ਜਿਹਾ, ਕਈ ਵਾਰ ਤਾਂ ਮਸਕੀਨ ਸਾਹਿਬ ਜੀ ਦੇ ਇੱਕ ਬਚਨ ਮੈਨੂੰ ਚੇਤੇ ਆ ਗਏ, ਕਹਿੰਦੇ ਬੰਦਾ ਪ੍ਰਸ਼ਾਦ ਲਿਆ ਕੇ ਨਾ ਤਾਂ ਘਰਾਂ ਘਰਾਂ 'ਚ ਵੰਡਦਾ। ਉਹਨਾਂ ਨੇ ਕਥਾ 'ਚ ਕਿਹਾ ਸੀਗਾ, ਸੁਣ ਲਿਓ ਕਦੇ, ਜਿਹੜੇ ਸਾਰੇ ਉਹਨਾਂ ਨੂੰ ਸੁਣਦੇ ਆ, ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ ਨੂੰ, ਲੋਕ ਪ੍ਰਸ਼ਾਦ ਲਿਆ ਕੇ ਵੀ ਘਰਾਂ ਘਰਾਂ 'ਚ ਤਾਂ ਵੰਡਦੇ ਆ, 20-25 ਘਰਾਂ 'ਚ ਵੰਡਣਗੇ ਵੀ ਸਾਡੀ ਹੋਮੈ ਵਧੇ, ਵੀ ਇਹ ਬੰਦਾ ਤੀਰਥਾਂ 'ਤੇ ਜਾ ਆਇਆ। ਪ੍ਰਸ਼ਾਦ ਵੰਡਣਾ ਕੋਈ ਗਲਤ ਗੱਲ ਨਹੀਂ, ਚੇਤੇ ਰੱਖਿਓ, ਕਿਉਂਕਿ ਬੰਦੇ ਦਾ ਦਿਮਾਗ ਪਤਾ ਨਹੀਂ ਕਿੱਧਰ ਨੂੰ ਹੋ ਜਾਂਦਾ। ਕੱਲ੍ਹ ਨੂੰ ਤੁਸੀਂ ਕਹੋਗੇ ਭਾਈ ਸਾਹਿਬ ਜੀ ਨੇ ਪ੍ਰਸ਼ਾਦ ਦੀ ਨਿੰਦਿਆ ਕਰਤੀ, ਇਹ ਵੀ ਤੁਹਾਡਾ ਪਤਾ ਨਹੀਂ ਨਾ ਵੀ ਕਿੱਧਰ ਨੂੰ ਹੋ ਜਾਂਦੀ ਆ ਗੱਲ ਬੰਦੇ ਦਾ। ਜਦੋਂ ਆਪਾਂ ਬਾਣੀ ਨੂੰ ਵਾਚਣਾ ਹੀ ਨਹੀਂ ਹੈਗਾ, ਉਦੋਂ ਅਸੀਂ ਜਿਹੜੇ ਵਿਚਾਰ ਕਰਨ ਵਾਲੇ ਉਹਨਾਂ 'ਤੇ ਤਾਂ ਤੂਮਤ ਅਸੀਂ ਲਾਉਣੀ ਆ, ਕਿਉਂਕਿ ਅਸੀਂ ਤਾਂ ਆਪ ਹੈਗੇ ਉਹੋ ਜਿਹੇ ਹਾਂ, ਅਸੀਂ ਆਪ ਲਿਬੜੇ ਹਾਂ, ਦੂਜਿਆਂ 'ਤੇ ਵੀ ਚਿੱਕੜ ਲਵੇੜਨਾ। ਇਸ ਕਰਕੇ ਭਾਈ ਵਿਖਾਵੇ ਦੇ ਸਿੱਖ ਨਹੀਂ ਬਣਨਾ, ਰਿਸ਼ਤੇਦਾਰੀਆਂ 'ਚ ਜਾ ਕੇ ਇੰਨਾ ਪਾਠ ਕਰਦੇ ਹਾਂ, ਆਹ ਕਰ ਲੈਂਦੇ ਹਾਂ, ਇੰਨੀ ਸੇਵਾ ਸਾਡੀ, ਇੰਨੇ ਟਾਈਮ 2 ਘੰਟੇ ਜੋੜੇ ਝਾੜਦੇ ਹਾਂ, ਦਾਨ ਇੰਨਾ ਕਰਦੇ ਹਾਂ, ਬੱਚੇ ਨੂੰ ਪੜ੍ਹਾਇਆ ਅਸੀਂ, ਗੁਰੂ ਸਾਹਿਬ ਜੀ ਨੇ ਕਦੇ ਕਰਕੇ ਮਹਾਰਾਜ ਨੇ ਸੁਣਾਇਆ ਸੀਗਾ ਵੀ ਅਸੀਂ ਕਰਦੇ ਹਾਂ। ਜਿਨ ਹਰ ਪਾਇਓ ਤਿੰਨੇ ਛਪਾਇਓ, ਤਾਂ ਇਸ ਕਰਕੇ ਭਾਈ ਭੁੱਲ ਕੇ ਵੀ ਕਦੇ ਭੇਖ ਵਾਲੇ ਸਿੱਖ ਨਹੀਂ ਬਣਨਾ, ਰਿਸ਼ਤੇਦਾਰਾਂ ਨੂੰ ਨਹੀਂ ਦੱਸਣਾ ਮੈਂ ਕਿੰਨੇ ਪਾਠ ਕਰਦਾ ਜਾਂ ਕਰਦੀ ਹਾਂ। ਅਗਲੀ ਗੱਲ ਜਿਹੜੀ ਆਖਰੀ ਗੱਲ ਆ, 10ਵੀਂ ਗੱਲ, ਜਦੋਂ ਵੀ ਕਿਸੇ ਰਿਸ਼ਤੇਦਾਰ ਨੂੰ ਲੋੜ ਪਵੇ ਮਾਇਆ ਦੀ, ਪੈਸੇ ਦੀ, ਤੁਸੀਂ ਉਹਦੀ ਮਦਦ ਕਰਨੀ ਆ, ਜੇ ਤੁਹਾਡੇ ਕੋਲ ਪੈਸੇ ਹੈਗੇ ਆ। ਹੁਣ ਤੁਸੀਂ ਇਹ ਕਹਿ ਸਕਦੇ ਹੋ ਕਿ ਮੇਰੇ ਕੋਲ ਬਹੁਤੇ ਪੈਸੇ ਤਾਂ ਨਹੀਂ ਹੈਗੇ, ਪਰ ਜਿੰਨੇ ਕੁ ਮੇਰੇ ਕੋਲ ਹੈਗੇ ਆ ਉਹਦੇ ਵਿੱਚੋਂ ਮੈਂ ਤੁਹਾਡੀ ਮਦਦ ਕਰ ਦਿੰਦਾ। ਇਸ ਤਰ੍ਹਾਂ ਤੁਸੀਂ ਉਹਦੀ ਮਦਦ ਕਰ ਸਕਦੇ ਹੋ। ਪਰ ਇਹ ਜਿਹੜੀ 10ਵੀਂ ਗੱਲ ਮੈਂ ਤੁਹਾਨੂੰ ਕਹਿਣੀ ਚਾਹ ਰਿਹਾ, ਥੋੜ੍ਹੀ ਡੂੰਘੀ ਗੱਲ ਹੈ, ਇਹਨੂੰ ਗੌਰ ਦੇ ਨਾਲ ਸੁਣਿਓ, ਕਿਉਂਕਿ ਮਦਦ ਕਰਨੀ ਚਾਹੀਦੀ ਹੈ। ਮਹਾਰਾਜ ਜੀ ਕਹਿੰਦੇ ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਵੇ। ਕਈ ਵਾਰ ਰਿਸ਼ਤੇਦਾਰ ਸਾਡੇ ਤੋਂ ਪੈਸੇ ਲੈ ਜਾਂਦੇ ਆ, ਪੈਸੇ ਮੋੜਦੇ ਨਹੀਂ ਹੈਗੇ, ਫਿਰ ਸਾਨੂੰ ਉਹਨਾਂ ਨਾਲ ਵਿਹਾਰ ਕਿੱਦਾਂ ਦਾ ਕਰਨਾ ਚਾਹੀਦਾ। ਉਹਨਾਂ ਨੂੰ ਅਹਿਸਾਸ ਕਰਾਓ, ਮਾੜਾ ਸ਼ਬਦ ਨਾ ਬੋਲੋ। ਮੈਂ ਕਹਿ ਰਿਹਾ ਵੀ ਰਿਸ਼ਤੇਦਾਰਾਂ ਨੂੰ ਆਹ ਗੱਲਾਂ ਨਹੀਂ ਦੱਸਣੀਆਂ ਚਾਹੀਦੀਆਂ। ਮਿੱਤਰ ਜਿਹੜੇ ਹੁੰਦੇ ਆ ਉਹ ਉਂਗਲਾਂ 'ਤੇ ਗਿਣੇ ਜਾਣ ਵਾਲੇ ਹੁੰਦੇ ਆ, ਹਰ ਕੋਈ ਸਾਡਾ ਮਿੱਤਰ ਵੀ ਨਹੀਂ ਹੁੰਦਾ। ਗੁਰੂ ਪਿਆਰਿਓ, ਕਈ ਵਾਰ ਵਿਆਹ ਦੇ ਕਾਰਡ ਵੰਡਣ ਲੱਗੇ ਨਾ, ਦੇਖ ਲਿਓ ਵੀ ਕਿੰਨੇ ਮਿੱਤਰ ਆ। ਜਦੋਂ ਵਿਪਤਾ ਪਈ ਉਦੋਂ ਤੁਹਾਨੂੰ ਪਤਾ ਲੱਗਣਾ ਵੀ ਅਸਲ ਮਿੱਤਰ ਕੌਣ ਆ।
ਜਦੋਂ ਬਿਪਤਾ ਕਿਸੇ 'ਤੇ ਆਉਣ ਪੈਂਦੀ ਭੈਣ ਭਾਈ ਵੀ ਬੋਲਣੋਂ ਹਟ ਜਾਂਦੇ। ਉਹ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ, ਉਹ ਜਿਉਂਦਿਆਂ ਤਾਂ ਹੀ ਵੀ ਨੱਸ ਜਾਂਦੇ। ਉਹ ਲੈ ਕਰ ਆਸ ਬੰਦਾ ਚਲਾ ਜਾਵੇ, ਭੈਣ ਭਾਈ ਵੀ ਮੁੱਖੜਾ ਵੱਟ ਜਾਂਦੇ। ਇਕਬਾਲ ਇਸ ਜੱਗ 'ਤੇ ਬਣੇ ਨਾ ਕੋਈ ਸਾਥੀ, ਜਦੋਂ ਲੇਖ ਮੱਥੇ ਦੇ ਫਟ ਜਾਂਦੇ, ਬਿਪਤ ਭਰੀ ਸਭ ਹੀ ਸੰਗ ਛਾੜਤ, ਕਉ ਨਾ ਆਵਤ ਨੇੜੇ। ਗੁਰੂ ਤੇਗ ਬਹਾਦਰ ਜੀ, ਜਦੋਂ ਬਿਪਤਾ ਪੈਂਦੀ ਕੋਈ ਨੇੜੇ ਨਹੀਂ ਖੜਦਾ। ਇਸ ਕਰਕੇ ਭਾਈ ਸਾਥ ਦਿਓ ਰਿਸ਼ਤੇਦਾਰਾਂ ਦਾ, ਚਲਾਕੀਆਂ ਨਾ ਕਰੋ। ਅਤੇ ਨੇਮ ਕਿੰਨਾ ਤੁਹਾਡਾ, ਨਿਤਨੇਮ ਕਿੰਨਾ, ਇਹ ਚੀਜ਼ ਕਦੇ ਵੀ ਕਿਸੇ ਨੂੰ ਨਾ ਦੱਸੋ। ਮੈਂ ਦੁਬਾਰਾ ਤੋਂ ਫਿਰ ਦੁਹਰਾ ਦਿਆਂ ਗੱਲਾਂ ਕਿ ਤੁਹਾਨੂੰ ਚੇਤੇ ਰਹਿਣਗੀਆਂ। ਗੁਰੂ ਪਿਆਰਿਓ, ਪਹਿਲੀ ਚੀਜ਼ ਮੈਂ ਕਹੀ ਆ, ਟੀਚਾ ਆਪਦਾ ਸੁਪਨਾ ਕਿਸੇ ਨੂੰ ਨਹੀਂ ਦੱਸਣਾ। ਦੂਜੀ ਚੀਜ਼, ਪਰੇਸ਼ਾਨੀਆਂ ਨਹੀਂ ਦੱਸਣੀਆਂ, ਸਿਆਣੇ ਬੰਦੇ ਦੁੱਖ ਚੁੱਪ ਕਰਕੇ ਸਹਿੰਦੇ ਆ। ਤੀਜੀ ਚੀਜ਼, ਪਰਿਵਾਰ ਦੀ ਸਮੱਸਿਆ, ਭਾਈ ਕਿਸੇ ਨੂੰ ਨਹੀਂ ਰੌਲਾ ਨਹੀਂ ਪਾਉਣਾ ਬਾਹਰ ਜਾ ਕੇ, ਘਰ ਦੀ ਗੱਲ ਨੂੰ ਘਰੇ ਰੱਖਣਾ। ਚੌਥੀ ਚੀਜ਼, ਕਿੰਨਾ ਚੀਜ਼ਾਂ ਦੇ ਮਾਲਕ ਹੋ, ਕਿਹੜੀ ਕਿਹੜੀ ਚੀਜ਼ ਦੇ ਸੰਪਤੀ ਤੁਹਾਡੇ ਕੋਲ ਆ, ਨਹੀਂ ਰੌਲਾ ਨਹੀਂ ਪਾਉਣਾ, ਹਉਮੈ ਨਹੀਂ ਦਿਖਾਉਣੀ, ਪਰਉਪਕਾਰ ਕਰਕੇ ਨਹੀਂ ਦੱਸਣਾ। ਪੰਜਵੀਂ ਗੱਲ ਹੋ ਗਈ। ਛੇਵੀਂ ਚੀਜ਼, ਆਮਦਨ ਨਾ ਪੁੱਛਣੀ ਆ ਨਾ ਦੱਸਣੀ ਆ। ਸੱਤਵੀਂ ਚੀਜ਼, ਸਫਲਤਾ ਦਾ ਰਾਜ, ਕਿਹੜੀਆਂ ਚੀਜ਼ਾਂ ਕਰਕੇ ਸਫਲ ਹੋ ਗਏ, ਜੇ ਕੋਈ ਤੜਫ ਕੇ ਮੰਗੇ ਉਹਨੂੰ ਦੱਸਣਾ ਰਾਜ। ਜਣੇ ਖਣੇ ਕੋਲ ਜਾ ਕੇ ਬਿਨ ਗਾਹਕ ਗੁਣ ਵੇਚੀਏ ਤੋ ਗੁਣ ਸੁਹੱਗੋ ਜਾਏ, ਬਿਨਾਂ ਜੇ ਗਾਹਕ ਤੋਂ ਨਹੀਂ ਸੌਦਾ ਵੇਚਣਾ, ਠੀਕ ਆ ਨਾ। ਅਗਲੀ ਚੀਜ਼ ਆ, ਚਲਾਕੀਆਂ ਛੱਡਣੀਆਂ ਵਾ। ਭੇਖੀ ਸਿੱਖ ਨਹੀਂ ਬਣਨਾ। ਨੌਵੀਂ ਚੀਜ਼ ਆ, ਰੌਲਾ ਨਹੀਂ ਪਾਉਣਾ ਜਾ ਕੇ। ਦਸਵੀਂ ਚੀਜ਼ ਜਿਹੜੀ ਆ, ਸੰਕੋਚ ਰੱਖਣਾ, ਸੰਕੋਚ, ਸਬਰ, ਸੰਤੋਖ ਰੱਖਣਾ, ਮਦਦ ਵਾਲੇ ਬਣਨਾ ਸਿੱਖ। ਅਤੇ ਉਹ ਜਿਹੜੀ ਆਪਾਂ ਅਰਦਾਸ ਕਰਦੇ ਹਾਂ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤਾਵੇ, ਉਹ ਇਹ ਕਹਿਣਾ ਕਿ ਮੈਂ ਇਹੋ ਜਿਹਾ ਬਣ ਜਾਂ ਵਾਹਿਗੁਰੂ, ਕਿ ਮੈਂ ਆਪਦੇ ਰਿਸ਼ਤੇਦਾਰਾਂ ਨੂੰ ਮਿਲਾਂ, ਉਹਨਾਂ ਨੂੰ ਨਾਮ ਚਿੱਤਾਵੇ, ਮੈਨੂੰ ਇਹੋ ਜਿਹਾ ਬਣਾ ਦੇ। ਮੈਂ ਬਹੁਤ ਲੱਭੀ ਆ ਦੁਨੀਆ, ਲੱਭ ਲੱਭ ਹੰਭ ਗਿਆ, ਕੋਈ ਇਹੋ ਜਿਹਾ ਨਹੀਂ ਮਿਲਿਆ। ਗੱਲਾਂ ਵਾਲੇ ਤਾਂ ਹੈਗੇ ਆ, ਉਹ ਗੱਲਾਂ ਬਾਤਾਂ ਨਾਲ ਢਿੱਡ ਰੱਬ ਵਾਲਾ ਪਾੜ ਦਿੰਦੇ, ਬੋਲਾਂ ਨੂੰ ਪਗਾਉਣ ਵਾਲਾ ਹੁੰਦਾ ਜੱਗ ਕੋਈ ਕੋਈ। ਉਹ ਗੱਲਾਂ ਬਾਤਾਂ ਨਾਲ ਤਾਂ ਢਿੱਡ ਰੱਬ ਵਾਲਾ ਪਾੜ ਦਿੰਦੇ ਆ, ਪਰ ਬੋਲਾਂ ਨੂੰ ਪਗਾਉਣ ਵਾਲਾ ਹੁੰਦਾ ਜੱਗ ਕੋਈ ਕੋਈ। ਮੋਢੇ ਉੱਤੇ ਡਾਂਗ ਰੱਖ ਬਣੇ ਨਾ ਲੜਾਕਾ, ਕੋਈ ਗੱਤਕੇ ਦੀ ਖੇਡ ਦਾ ਖਿਡਾਰੀ ਹੁੰਦਾ ਕੋਈ ਕੋਈ। ਪਾਸ਼ਕ ਦੀ ਤੱਕੜੀ ਤੋਲਦੇ ਬਥੇਰੇ ਇੱਥੇ, ਸੌਦੇ ਵਿੱਚ ਖਰਾ ਅਤੇ ਵਿਹਾਰੀ ਹੁੰਦਾ ਕੋਈ ਕੋਈ। ਟਾਵਾਂ ਟਾਵਾਂ ਹੁੰਦਾ ਕੋਈ, ਲਾਲਾਂ ਦੀ ਪਰਖ ਵਾਲਾ ਰਬਾਬੀਆ ਇਨਾਮ ਦਾ ਵਪਾਰੀ ਹੁੰਦਾ ਕੋਈ ਕੋਈ। ਇਸ ਕਰਕੇ ਭਾਈ ਵਿਰਲੇ ਵਿਰਲੇ ਹੁੰਦੇ ਆ ਨਾਮ ਦੇ ਵਪਾਰੀ। ਤਾਂ ਇਹ ਚੀਜ਼ਾਂ ਭਾਈ ਤੁਹਾਨੂੰ ਦੱਸੀਆਂ ਹਨ, ਉਮੀਦ ਕਰਦਾ ਤੁਸੀਂ ਇਹਨਾਂ ਨੂੰ ਪੱਲੇ ਬੰਨੋਗੇ। ਅਤੇ ਜੇ ਇਹਨਾਂ ਗੱਲਾਂ 'ਤੇ ਵੀ ਤਰਕ ਕਰਨਾ ਤੁਸੀਂ ਵੀ ਇਹ ਚੀਜ਼ਾਂ ਗਲਤ ਆ, ਫਿਰ ਤਾਂ ਮਹਾਰਾਜ ਤੁਹਾਡਾ ਭਲਾ ਹੀ ਕਰੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਭੁੱਲ ਚੁੱਕ ਦੀ ਖਿਮਾ, ਸੰਗਤ ਦੇ ਗੁਰੂ ਮਹਾਰਾਜ ਬਖਸ਼ ਲੈਣ। ਬੋਲਦਿਆਂ ਤੋਂ ਇੱਕ ਨਹੀਂ, ਬਹੁਤ ਬਹੁਤ ਭੁੱਲਾਂ ਹੋ ਗਈਆਂ ਹੋਣਗੀਆਂ। ਗੁਰੂ ਦੀ ਸੰਗਤ ਸਤਿਗੁਰੂ ਮਹਾਰਾਜ ਬਖਸ਼ ਲੈਣ ਜੀ, ਭੁੱਲ ਚੁੱਕ ਦੀ ਖਿਮਾ ਬਖਸ਼ਣੀ। ਅੱਗੇ ਵਾਸਤੇ ਗੁਰੂ ਪਿਆਰਿਓ, ਦਿਲ ਤੋਂ ਅਸੀਸ ਦੇਣਾ, ਸਦਾ ਹੀ ਗੁਰਬਾਣੀ ਨਾਲ ਜੁੜੇ ਰਹੀਏ, ਅੰਦਰ ਤੋਂ ਦਿਖਾਵੇ ਦੇ ਸਿੱਖ ਨਾ ਬਣੀਏ, ਭੇਖ ਵਾਲੇ ਸਿੱਖ ਨਾ ਬਣੀਏ, ਦੇਖਾ ਦੇਖੀ ਸਿੱਖ ਨਾ ਬਣ ਜਾਈਏ, ਅਤੇ ਬਣੀਏ ਅਤੇ ਭਾਵਨਾ ਵਾਲੇ ਬਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।